अस्सलाम वालेकुम, की हाल चाल है गाइस। ਤੁਹਾਡਾ ਭਾਈ ਆਉਂਦਾ ਜੋਰਜੋਪੁਰ, ਆਪਣਾ ਦਿਲ ਹੁੰਦਾ ਕਿ ਬੰਦੇ ਖਤਮ ਕਰਦੇ ਨੇ ਜੋਰਜੋਪੁਰ। ਥ੍ਰੀ ਵੇਅਰ ਹਾਊਸ ਲਈ ਦਾ ਅਤੇ ਅੱਜ ਗੰਨ ਲੱਭ ਜਾਂਦੀ ਸਾਨੂੰ ਕਿਸਮਤ ਨਾਲ, ਸਾਨੂੰ ਲੱਗ ਜਾਂਦਾ ਪਤਾ ਜੇ ਅੱਜ ਗੰਨ ਲੱਭ ਗਈ ਤਾਂ ਅੱਜ ਬੰਦੇ ਕੋਈ ਨਹੀਂ ਆਏ। ਉਹੀ ਕੰਮ ਹੁੰਦਾ ਬਈ, ਬੰਦੇ ਕੋਈ ਨਹੀਂ ਆਇਆ ਹੁੰਦਾ, ਸਾਨੂੰ ਲੱਭਦੀ ਫਲੇਅਰ, ਆਪਾਂ ਫਲੇਅਰ ਚਲਾਉਣੇ ਆ ਅਤੇ ਮੇਰਾ ਟੀਮਮੇਟ ਪਹਿਲੇ ਲੁੱਟ ਕੇ ਟੁੱਟ ਜਾਂਦਾ। ਉਹਨੂੰ ਮੈਂ ਕਹਿੰਦਾ ਪੁੱਤਰ ਮਰਿਆ ਤਾਂ ਤੇਰੇ ਕੋਲ ਫਿਰ ਓਮ ਲਵਾਂਗਾ, ਤੱਕੋ ਫਿਰ ਹੁੰਦਾ ਕੀ, ਓਮ ਕੋਈ ਨਹੀਂ ਦਿੰਦਾ। ਅਤੇ ਮੈਂ ਕਿਹਾ ਚਲੋ ਤੁਹਾਡੀ ਪੇਟੀ 'ਚ ਚੁੱਕਾਂਗੇ, ਤੁਸੀਂ ਮਰੋ ਸਹੀ। ਅਤੇ ਇੰਨੀ ਦੇਰ ਨੂੰ ਆ ਜਾਂਦਾ ਸਾਡੇ 'ਤੇ ਪੁਸ਼ ਜੋਰਜ ਪੁਲ, ਤਾਂ ਉਹ ਲੱਭੀ ਡਾਸੀਆ ਆਉਂਦੀ, ਡਾਸੀਆ ਅੱਗੇ ਵੱਜੇਗੀ ਵੇਅਰ ਹਾਊਸ 'ਚ। ਅਤੇ ਬਾਕੀ ਇਸਦੀ ਪਹਿਲੇ ਫਾਈਟ ਇੰਜੋਏ ਕਰੋ, ਫਿਰ ਹੁੰਦੀ ਕੱਪ। ਜੈਸਾ ਕਿ ਤੁਸੀਂ ਦੇਖਿਆ ਤੁਹਾਡੇ ਭਰਾ ਨੇ ਉੱਪੀ ਨੇ ਹੇਟ ਕੀਤਾ ਅਤੇ ਨਾਲ ਦੂਏ ਨੂੰ ਵੀ ਲੈ ਗਿਆ। ਇਹ ਦੋ ਹੀ ਹੁੰਦੇ ਨੇ, ਲੇਕਿਨ ਪਿੱਛੇ ਗੋਡ ਕੱਟ ਦਿੱਤਾ। ਇਹ ਵੀ ਫਾਈਟ ਇੰਜੋਏ ਕਰੋ। ਇਹਨਾਂ ਦੇ ਦੋ ਬੰਦੇ ਮੈਂ ਲੈ ਜਾਂਦਾ ਹਾਂ, ਕੁਛ ਨਾ ਹੁਣ ਤੀਸਰਾ ਬੰਦਾ ਇੱਕ ਹੋਰ ਆਵੇ ਇਹਨਾਂ ਦਾ। ਇੱਕ ਬੰਦਾ ਉਹਨਾਂ ਦਾ ਰਹਿ ਜਾਂਦਾ ਅਤੇ ਮੇਰੇ ਤਿੰਨ ਟੀਮਮੇਟ ਨਾਕ ਕਰ ਛੱਡਦਾ। ਬਟ ਮੈਂ ਆਪਣੀ ਲਿੰਕ ਪੂਰੀ ਕਰਦਾ ਸਮੋਕ ਕਰਨਾ ਅਤੇ ਜਵੇਦ ਭਾਈ ਨੂੰ ਮੈਂ ਕਰਨਾ ਆ ਰਿਵਾਈਵ। ਮੈਨੂੰ ਕਹਿੰਦੇ ਨੇ ਨਾ, ਲੇਕਿਨ ਤੁਹਾਨੂੰ ਪਤਾ ਮੇਰੇ ਭਾਈ ਨੂੰ ਰਿਵਾਈਵ ਤਾਂ ਕਰਨਾ ਹੀ ਕਰਨਾ ਨਾ ਭਾਵੇਂ ਮਰ ਜਾਈ, ਪਰ ਰਿਵਾਈਵ ਕਰਦੇ ਹਾਂ। ਅਤੇ ਬੰਦਾ ਇਹਨਾਂ ਦਾ ਚੀਜ਼ ਚੌਥਾ ਹੁੰਦਾ ਨਾ, ਉਹ ਭੱਜ ਜਾਂਦਾ ਰਿਕਾਲ ਕਰਨ, ਸਾਨੂੰ ਕੋਈ ਨਹੀਂ ਪਤਾ ਹੁੰਦਾ। ਮੈਂ ਮੈਨੂੰ ਕਹਿੰਦੇ ਨੇ ਕਿ ਇੱਥੇ ਵਿੱਚ ਹੀ ਕੰਟੇਨਰ 'ਚ, ਮੈਂ ਕਹਿੰਦਾ ਚਲੋ ਸਮੋਕ 'ਚ ਰਿਵਾਈਵ ਤਾਂ ਕਰਾਂ। ਇਹਨਾਂ ਨੂੰ ਰਿਵਾਈਵ ਕਰਨਾ ਆ ਅਤੇ ਆਪਾਂ ਫੜਨੇ ਗੱਡੀਆਂ ਸਾਰ ਕਰਨੇ ਆ ਕਿ ਚਲੋ ਬੰਦਾ ਇੱਥੇ ਰੁਕੇ ਅਤੇ ਅਸੀਂ ਆਪਣੇ ਟੀਮਮੇਟ ਨੂੰ ਰਿਕਾਲ ਕਰੀਏ। ਲੇਕਿਨ ਤੱਕੋ ਸੀਨ ਕੀ ਹੁੰਦਾ ਸਾਡੇ ਨਾਲ, ਇਹ ਜੀ ਇਹ ਭਾਈ ਔਰ ਪਹਿਲੀ ਰਿਵਾਈਵ ਕਰਨ ਟੁਰ ਗਏ ਸਨ ਅਤੇ ਪੈਰਾਸ਼ੂਟ ਲੈ ਗਏ ਸਨ, ਕੋਈ ਗੱਲ ਨਹੀਂ। ਇਹਨਾਂ ਦਾ ਇੱਕ ਮੈਂ ਆਫਲਾਈਨ ਹੁੰਦਾ, ਉਹ ਵੀ ਮੈਂ ਨਾ ਕਰ ਸਕਣਾ, ਇੱਕ ਰਹਿ ਜਾਂਦਾ। ਹੁਣ ਮੈਂ ਫਿਰ ਤੁਹਾਨੂੰ ਪਤਾ ਫਿਰ ਵੈਸ਼ ਹੀ ਹੋ ਜਾਂਦਾ ਇਸ ਟਾਈਮ 'ਤੇ, ਮੈਂ ਫਿਰ ਡਾਇਰੈਕਟ ਪੁਸ਼ ਮਾਰਦਾ ਉਹਦੇ 'ਤੇ। ਚਲੋ ਜੀ, ਇਹ ਉਹੀ ਭਾਈ ਔਰ ਸੰਬਰਲਿੰਗ ਜਿਨ੍ਹਾਂ ਨੇ ਅੱਗੇ ਟੀਮਮੇਟਾਂ ਨੂੰ ਨਾਕ ਕੀਤਾ ਸੀ ਅਤੇ ਅਸਾਂ ਇਹਨਾਂ ਨੂੰ ਪੇਲ ਛੱਡਿਆ। ਆਪਾਂ ਉੱਥੋਂ ਲੂਟ ਕਰਨੇ ਹਾਂ, ਆਪਣਾ ਟੀਮਮੇਟ ਤਾਂ ਮਰ ਜਾਂਦਾ ਨਾ ਨੰਬਰ 4 ਉੱਤੇ, ਉਹਦੀ ਪੇਟੀ 'ਚ ਓਮ ਅਤੇ ਤੁਹਾਡੇ ਭਰਾ ਕੋਲ ਆ ਜਾਂਦੀ, ਇੱਕ ਟਰਾਪ ਲੁੱਟਣੇ ਉਹਦੇ 'ਚ ਵੀ ਓਮ, ਆਪਾਂ ਫੜ ਲੈਂਦੇ ਹਾਂ ਡਬਲ ਓਮ, ਅਬੂਤ 2.0 ਹੋ ਜਾਂਦਾ ਸਾਡਾ ਕੰਮ ਸ਼ੁਰੂ, ਅਬੂਤ ਬਣ ਜਾਣਾ ਜਬ ਸਨਾਈਪਰ ਗੇਮ। ਵੇਖੋ ਪਹਿਲਾਂ ਨੇਟ ਕੁੱਕ ਕਰਕੇ ਛੱਡਣਾ ਬੂਥੇ ਦੇ ਪੱਟੇ ਦਾ, ਚੱਲ ਮੇਰਾ ਪੁੱਤਰ। ਆਪਾਂ ਇੱਕ ਕੋਆਰਡੀਨੇਟ ਕਰਨੇ ਆ ਕਿ ਅੰਦਰ ਰਿਵਾਈਵ ਹੋਏਗਾ, ਲੇਕਿਨ ਭਾਈ ਔਰ ਨਹੀਂ ਆਉਂਦੇ, ਉਹ ਤਾਂ ਮੇਰਾ ਬਾਹਰ ਟੁਰ ਜਾਂਦੇ ਨੇ। ਇੱਕ ਇਹਨਾਂ ਦਾ ਲੈ ਕੇ ਟੁਰ ਜਾਂਦਾ ਬੱਗੀ ਗੱਡੀ, ਮਗਰ ਇੱਕ ਕਿਰਾ ਇਹਨਾਂ ਨੂੰ ਵੀ ਮੈਂ ਨਾ ਕਰ ਛੱਡਣਾ ਹੈ। ਆਪਾਂ ਦੱਸਿਆ ਅੱਜ ਬੂਤ ਬਣੇ ਆ, ਮੈਂ ਬਹੁਤ ਗੁੱਸੇ ਜਾਂਚ, ਮੈਂ ਸਨੈਪਰ ਨਾਲ ਮਾਰਨ ਬੰਦੇ, ਇਹ ਯਾਰ ਫੜਨੀ ਕੋਈ ਹੈ, ਸਨੈਪਰ ਕਿੰਗ ਬਣ ਜਾਣਾ ਹੈਰ ਤਰੇ। ਉਹਨਾਂ ਦੇ ਮਾਰਦੇ ਇੱਕ ਨੱਚ ਦਿੰਦਾ ਰਿਕਾਲ ਦੇ ਨਾਲ ਹੀ, ਇੱਕ ਹੋਰ ਬੱਗੀ ਆ ਜਾਂਦੀ, ਉਹਨੂੰ ਮੈਂ ਲਾ ਲੈਣਾ ਬੱਗੀ ਤੋਂ। ਵੇਖੋ ਸਹੀ, ਹੁਣ ਇੱਕ ਹੋਰ ਬੱਗੀ ਆਵੇਗੀ, ਹੁਣ ਕੀ ਕਰੋ ਬਹੁਤ ਜੀ ਫਾਈਟਿੰਗ ਹੋਏ, ਫਿਰ ਤੁਹਾਨੂੰ ਦੱਸਣੇ ਹੋਇਆ ਕੀ ਮੈਂ ਕਰਵਾਇਆ ਸੀ ਨੇੜ ਕਿ ਬੰਦਾ ਉੱਥੇ ਖਲੋਤਾ ਹੋਵੇਗਾ, ਲੇਕਿਨ ਉਹ ਆ ਜਾਂਦਾ। ਚਲੋ ਜੀ, ਇਹਨਾਂ ਤੀਸਰਾ ਬੰਦਾ ਵੀ ਮੋਮ ਨਾ ਕਰ ਸਕਦਾ, ਚੌਥਾ ਇਹਨਾਂ ਦਾ ਵੀ ਭੱਜ ਜਾਂਦਾ ਰਿਕਾਲ ਕਰਨ। ਕੋਈ ਨਹੀਂ, ਕਰੋ ਕਰੋ ਰਿਕਾਲ ਕਰੋ, ਜਿੰਨੇ ਬੰਦੇ ਆਉਣਗੇ ਉਹਨਾਂ ਹੀ ਫਾਇਦਾ। ਇਹ ਸਰਕਲ ਜੋਰਜੋ ਪੁਲ ਤੋਂ ਨਿਕਲ ਆਉਂਦਾ ਅਤੇ ਅਸੀਂ ਉਹਨਾਂ ਆ ਜਾਂਦੇ ਹਾਂ ਰਿਜ ਕੋਲ, ਜਿਹੜੀ ਬ੍ਰਿਜ ਕੋਲ ਨਹੀਂ ਹੈ, ਇੱਥੇ ਕਿਤੇ ਆ ਜਾਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਵੀ ਚਲੋ ਜਿਹੜੇ ਸਰਕਲ ਤੋਂ ਅੰਦਰ ਆਉਣਗੇ ਉਹਨਾਂ ਨੂੰ ਫੜੀਏ। ਇੱਕ ਬੰਦਾ ਗਰੀਬ ਆ ਜਾਂਦਾ, ਉਹਨੂੰ ਫੜ ਲੈਂਦੇ, ਉਹ ਪੰਜ ਲੇਟ ਜਾਂਦਾ, ਪਤਾ ਨਹੀਂ ਕੀ ਬਸ ਸਾਇੰਸ ਹੁੰਦੀ। ਇੱਥੇ ਇੱਕ ਬੰਦਾ ਮੈਂ ਟੀਮ ਨੇ ਨਾ ਕੀਤਾ ਹੁੰਦਾ ਵੀ ਰਿਵਾਈਵ ਹੋ ਜਾਂਦਾ, ਮੈਂ ਉਹਨੂੰ ਫਿਰ ਓਮ ਨਾਲ ਫੜ ਲੈਣਾ, ਇਸ ਗਰੀਬ ਦਾ ਕਿਤੇ ਚੋਰੀ ਹੋ ਜਾਂਦਾ ਮੇਰੀ ਤਰਫੋਂ, ਚੋਰੀ ਯਾਰ ਕੀ ਵਾਲਾ ਰਿਵਾਈਵ ਹੋ ਹੀ ਗਿਆ। ਪਰ ਮੈਂ ਵੇਟ ਕਰਨਾ ਹੈ ਬਾਹਰ ਨਿਕਲੇ ਨੂੰ, ਫਿਨਿਸ਼ ਬਾਅਦ ਨਿਕਲੀ ਅੱਗੇ।
टीममेट मेरा कहता सर्कल आवन लगे तो एक बंदे काफ़ी ने तो चलो चलिए मैं क्या ओके हो गया बाबा जी फिनिश हो जाता टूट जाने एक सर्कल जाके होल्ड करने ते मनु उधरा जन फायर पंदा सेडू वो सामने हॉस्पिटल ले लो रहने ते पाई और बंदा ही कौन दादा दरस पीछे ऐ कान के नीचे दिया टक कर के हेडशॉट है ले अल मर्द टन ना उन्हीं ने चस बड़ी होनी मर गया ऐ कौन में टून ना ये ये ऐ पाई और सर्कल जा रहे हैं देने अन्ना ने फॉलन एंड दे सर्कल सर्नू जा दें दा साढ़े ते सारी जिंदगी नहीं ने बनना ये वड़न दिल्ली को नहीं सर्कल जमानू तो मैं और इंदा किल बाकी ओके अल्लाह हाफिज़।